ਇਹ ਗੱਲ ਕਹਿਣੀ ਚਾਹੁੰਦੇ ਹਾਂ ਸਾਰੇ ਹੀ ਮੋਗੇ ਹਲਕੇ ਦੀ ਵਿਧਾਨ ਸਭਾ ਹਲਕਾ ਮੋਗੇ ਦਾ ਇਕੱਠ ਹੈ ਔਰ ਇਹਦੇ ਵਿੱਚ ਸਾਰੇ ਹੀ ਸਾਡੇ ਲੀਡਰ ਸਾਹਿਬਾਨਾਂ ਨੇ ਵਰਕਰ ਸਾਹਿਬਾਨਾਂ ਸ਼ਮੂਲੀਅਤ ਕੀਤੀ ਆ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ ਵੀ ਸਾਡੇ ਸਤਿਕਾਰਯੋਗ MLA ਸਾਹਿਬ ਨੂੰ ਜਾਣ ਬੁੱਝ ਕੇ ਸਪੀਕਰ ਨੇ ਟਾਈਮ ਹੀ ਨਹੀਂ ਦਿੱਤਾ ਜਿਹਦੇ ਕਰਕੇ ਉਹਨਾਂ ਨੂੰ ਵਿਰੋਧ ਕਰਕੇ ਬਾਹਰ ਆਉਣਾ ਪਿਆ ਊਲ ਜਲੂਲ ਬੇਫਾਇਦਾ ਟਾਈਮ ਲੈ ਕੇ ਅਸੈਂਬਲੀ ਦਾ ਟਾਈਮ ਖਰਾਬ ਕਰਕੇ ਕਾਂਗਰਸ ਨੇ ਜਾਣ ਬੁੱਝ ਕੇ ਸਾਡੇ ਤੇ ਇਲਜ਼ਾਮਬਾਜ਼ੀ ਕੀਤੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਾਂਗਰਸ ਨੂੰ ਵੀ ਕੀ 1984 ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰ ਨੇ ਜਿਨ੍ਹਾਂ ਦੇ ਕਰਕੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਿੱਖਾਂ ਦੀਆਂ ਬੱਚੀਆਂ ਨੂੰ ਬੇਵਕ ਕੀਤਾ ਗਿਆ ਬੱਚਿਆਂ ਨੂੰ ਸਾੜਿਆ ਗਿਆ ਮਾਵਾਂ ਨੂੰ ਸਾੜਿਆ ਗਿਆ ਉਹਨਾਂ ਪਾਰਟੀ ਲੀਡਰਾਂ ਨੂੰ ਕਾਂਗਰਸ ਪਾਰਟੀ ਘੱਟੋ ਘੱਟ ਪਾਰਟੀ ਚੋਂ ਕੱਢ ਦੇ ਪਾਰਟੀ ਚੋਂ ਕੀ ਕੱਢਣਾ ਕੋਈ ਇਨਸਾਫ਼ ਨਹੀਂ ਦਿੱਤਾ ਕਾਂਗਰਸ ਦੀ 10 ਸਾਲ ਕੇਂਦਰ ਵਿੱਚ ਸਰਕਾਰ ਚੱਲੀ ਹੈ ਜਦੋਂ ਬੀਜੇਪੀ ਦੀ ਸਰਕਾਰ ਸੈਂਟਰ ਚ ਆਉਂਦੀ ਆ ਅਸੀਂ ਇਨਕੁਆਰੀਆਂ ਬਿਠਾਉਂਦੇ ਆ ਉਹਨਾਂ ਦੇ ਖਿਲਾਫ਼ ਚਾਰਜਸ਼ੀਟਾਂ ਹੁੰਦੀਆਂ ਉਹਨਾਂ ਦੇ ਖਿਲਾਫ਼ ਬਿਆਨ ਕਰਦੇ ਆ ਸਟੇਟਮੈਂਟਾਂ ਹੁੰਦੀਆਂ ਜਦੋਂ ਕਈ ਵਾਰੀ ਰਾਜ ਭਾਗ ਇਹਨਾਂ ਦਾ ਆ ਜਾਂਦਾ ਇਹ ਫੇਰ ਮੁੜ ਕੇ ਸੂਈ ਜੀਰੋ ਤੋਂ ਫੇਰ ਸ਼ੁਰੂ ਕਰ ਦਿੰਦੇ ਆ ਸੋ ਮੇਰਾ ਮਤਲਬ ਬਈ ਉਲਟਾ ਚੋਰ ਕੋਤਵਾਲ ਕੋ ਡਾਟੇ ਇਹ ਜਾਣ ਬੁੱਝ ਕੇ ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ਼ ਬਹੁਤ ਵੱਡੇ ਮੈਂ ਕਹਿੰਦਾ ਅਸੂਲੋਂ ਮੁੱਢੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਇਹਨਾਂ ਨੇ ਜਾਤੀਆਂ ਕੀਤੀਆਂ ਹੋਈਆਂ ਇਹ ਸਿੱਖਾਂ ਦੇ ਜਾਂ ਧਰਮ ਤੇ ਮਲ ਮਲਾਉਣ ਦੀ ਕੀ ਗੱਲ ਕਰਨਗੇ ਇਹ ਘੱਟੋ ਘੱਟ ਇਹ ਗੱਲ ਤਾਂ ਕਰਨ ਜੇ ਅੱਜ ਅਸੀਂ ਕਹਿੰਦੇ ਹਾਂ ਵੀ ਬਰਗਾੜੀ ਦੇ ਵਿੱਚ ਸ਼ਹੀਦ ਹੋਏ ਆ ਉਹ ਸਾਰਿਆਂ ਦੇ ਸਾਂਝੇ ਆ ਨੌਜਵਾਨ ਪਰਿਵਾਰਾਂ ਨੂੰ ਉਹਨਾਂ ਨੂੰ ਬਹੁਤ ਦੁੱਖ ਪਹੁੰਚਿਆ ਜੇ ਉਹਨਾਂ ਨੂੰ ਕਰੋੜ ਕਰੋੜ ਰੁਪਇਆ ਦੇ ਸਕਦੇ ਹਾਂ ਤੇ 1984 ਦੇ ਵਿੱਚ ਜਿਹੜੇ ਕਿ ਸਿਰਫ ਮੱਥਾ ਟੇਕਣ ਆਏ ਸੀ ਸ਼ਰਧਾਲੂ ਜਿਹੜੇ ਦਰਬਾਰ ਸਾਹਿਬ ਬੈਠੇ ਸੀ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਇੰਦਰਾ ਗਾਂਧੀ ਨੇ ਅਟੈਕ ਕਰ ਦੇਣਾ ਉਹ ਜਿਹੜੇ ਮਾਰੇ ਗਏ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਕਾਂਗਰਸ ਮੁਆਵਜ਼ਾ ਦੇਵੇ ਜਿਹੜੇ ਦਿੱਲੀ ਦੇ ਵਿੱਚ ਇੰਨੇ ਸਿੱਖ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਅੱਜ ਵੀ ਉਹਨਾਂ ਦੇ ਬੱਚੇ ਬਜ਼ੁਰਗ ਬਿਲਕਦੇ ਫਿਰਦੇ ਆ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਆਈ ਆ ਉਹਨਾਂ ਨੇ ਨੌਕਰੀਆਂ ਉਹਨਾਂ ਨੂੰ ਦਿੱਤੀਆਂ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਆ ਪਰ ਅਫਸੋਸ ਕਾਂਗਰਸ ਦੀ ਸੈਂਟਰ ਸਰਕਾਰ ਵੀ ਰਹੀ ਆ ਪੰਜਾਬ 'ਚ ਵੀ ਰਹੀ ਆ ਪਰ ਇੱਕ ਵੀ ਇਹਨਾਂ ਨੇ ਉਹਨਾਂ ਪਰਿਵਾਰਾਂ ਦੇ ਵਾਸਤੇ ਕੋਈ ਵੀ ਉਦਮ ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਗਾਂਧੀ ਪਰਿਵਾਰ ਸਾਡੇ ਨਾਲ ਰੁੱਸ ਜੂਗਾ ਤੇ ਇਸ ਕਰਕੇ ਇੱਥੋਂ ਦੇ ਲੀਡਰ ਕੰਨੀ ਕਰਤਾਉਂਦੇ ਰਹੇ ਔਰ ਅੱਜ ਝੂਠਾ ਇਲਜ਼ਾਮ ਜਿਹੜਾ ਅਕਾਲੀ ਦਲ ਦੇ ਸਿਰ ਮੜ ਰਹੇ ਆ ਅਸੀਂ ਉਹਦੇ ਖਿਲਾਫ਼ ਪੁਤਲੇ ਫੂਕਣ ਆਏ ਹਾਂ ਮੈਂ ਧੰਨਵਾਦ ਕਰਦਾ ਸਾਰੀ ਮੋਗੇ ਦੀ ਸੰਗਤ ਦਾ ਜਿਨ੍ਹਾਂ ਨੇ ਥੋੜੇ ਜਿਹੇ ਛੋਟੇ ਜਿਹੇ ਸੰਦੇ ਤੇ ਬਹੁਤ ਵੱਡੇ ਇਕੱਠ ਜਾ ਕੇ ਸ਼ਮੂਲੀਅਤ ਦਿਖਾਈ ਆ ਔਰ ਕਾਂਗਰਸ ਦਾ ਪਰਦਾ ਫਾਸ਼ ਚਰਾਹੇ ਵਿੱਚ ਕੀਤਾ ਬਹੁਤ ਬਹੁਤ ਸਾਰਾ ਵਿਧਾਨ ਸਭਾ ਦਾ ਬਾਈਕਾਟ ਕਰਨਾ ਕੋਈ ਕਿੰਨਾ ਕੁ ਨੁਕਸਾਨ ਹੋਇਆ ਦੇਖੋ ਜੀ ਬਾਈਕਾਟ ਕਰਨਾ ਸਾਡਾ ਬਣਦਾ ਸੀ ਕਿਉਂਕਿ ਸਾਨੂੰ ਅੰਦਰ ਟਾਈਮ ਹੀ ਨਹੀਂ ਸੀ ਸਪੀਕਰ ਦੇ ਰਿਹਾ ਪਰ ਸਪੀਕਰ ਨੇ ਚਾਲ ਖੇਡੀ ਜਦੋਂ ਸਾਰਾ ਟਾਈਮ ਬੀਤ ਗਿਆ ਮੁੱਖ ਮੰਤਰੀ ਬੋਲ ਹਟਿਆ ਮੁੜ ਕੇ ਕਹਿੰਦਾ ਮੈਂ ਤਾਂ ਇਹਨੂੰ ਟਾਈਮ ਦੇਣ ਨੂੰ ਤਿਆਰ ਸੀ ਦੋਗਲੇ ਬੰਦੇ ਕਾਂਗਰਸ ਪਹਿਲਾਂ ਤੋਂ ਦੋਗਲੀ ਆ ਅੰਗਰੇਜ਼ਾਂ ਨੂੰ ਸਿੱਖਿਆ ਗੁੜਤੀਆਂ ਲੰਗੀਆਂ ਇਹਨਾਂ ਨੇ ਅੰਗਰੇਜ਼ਾਂ ਤੋਂ ਪਾੜੋ ਦੇ ਰਾਜ ਕਰੋ ਦੀ ਨੀਤੀ ਇਹਨਾਂ ਨੂੰ ਆਉਂਦੀ ਆ ਇਹ ਅੰਗਰੇਜ਼ਾਂ ਵਾਂਗੂ ਰਾਜ ਕਰਨਾ ਚਾਹੁੰਦੇ ਆ ਕੋਈ ਡਿਵੈਲਪਮੈਂਟ ਨਹੀਂ ਹੋਣੇ ਚਾਹੁੰਦੇ ਆ ਵੀ ਲੋਕ ਸਾਥੋਂ ਕਰਜ਼ੇ ਦੀ ਮਾਫ਼ੀ ਬਾਰੇ ਸਵਾਲ ਨਾ ਕਰ ਲੈਣ ਸਾਥੋਂ ਨੌਕਰੀਆਂ ਨਾ ਪੁੱਛ ਲੈਣ ਸਾਥੋਂ ਹੋਰ ਸਵਾਲ ਨਾ ਕਰ ਲੈਣ ਹੁਣ ਧਰਮ ਦੀ ਗੱਲ ਜਾਣ ਕੇ ਤੋਰਦੇ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੂਰਾ ਦੁੱਖ ਹੈ ਪਰ ਤੁਸੀਂ ਸਿਟਿੰਗ ਜੱਜ ਸੁਪਰੀਮ ਕੋਰਟ ਤੋਂ ਕਿਉਂ ਨਹੀਂ ਇਨਕੁਆਇਰੀ ਕਰਾਉਂਦੇ ਉਦੋਂ ਵੱਡਾ ਕੌਣ ਹੋ ਸਕਦਾ ਇਨਕੁਆਇਰੀ ਕਰਨ ਵਾਲਾ ਦੇਸ਼ ਵਿੱਚ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਓ ਅਸੀਂ ਜੋ ਵੀ ਇਨਕੁਆਇਰੀ ਹੋਊ ਅਸੀਂ ਫੇਸ ਕਰਾਂਗੇ ਜੇ ਤੁਹਾਡੇ ਤੋਂ ਸੂਈ ਆਈ ਤਾਂ ਤੁਸੀਂ ਫੇਸ ਕਰਿਓ ਅਸੀਂ ਇਹ ਗੱਲ ਕਹਿੰਦੇ ਹਾਂ CBI ਤੋਂ ਜਾਂਚ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਇਹ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ ਉਹਦੇ ਵਿੱਚ ਅਖੀਰ ਤੇ ਇਹ ਗੱਲ ਲਿਖੀ ਹੈ ਕਿਸੇ ਨੇ ਪੜ੍ਹੀ ਹੋਈ ਨਹੀਂ ਜਿਹੜੀ ਅਖੀਰ ਤੇ ਉਹਨੇ ਗੱਲ ਇਹ ਲਿਖੀ ਹੈ ਇਹ ਕਹਿੰਦਾ ਜਿਹੜੇ ਮੈਂ ਤੱਥਾਂ ਦੀ ਘੋਖ ਕੀਤੀ ਆ ਜਿਹੜੀਆਂ ਮੈਂ ਰਿਜ਼ਲਟ ਕੱਢ ਕੇ ਲਿਆਇਆ ਉਹ ਕਹਿੰਦਾ ਜੇਕਰ ਇਹ CBI ਨੂੰ ਹੈਂਡ ਓਵਰ ਕਰੀ ਰੱਖੀ ਇਨਕੁਆਇਰੀ ਫੇਰ ਹੀ ਇਹ ਕਿਸੇ ਮੁੱਦੇ ਤੱਕ ਪਹੁੰਚ ਸਕਦੀ ਹੈ ਮੈਨੂੰ ਤਾਂ ਹੈਰਾਨ ਹੈ ਵੀ ਜਦੋਂ ਤੁਸੀਂ CBI ਤੋਂ ਵਾਪਸ ਲੈ ਲਈ ਤਾਂ ਹੁਣ ਤਾਂ ਮੇਰਾ ਮੁੱਦਾ ਹੀ ਖਤਮ ਹੋ ਗਿਆ ਕਾਂਗਰਸ ਨੇ ਤਾਂ ਆਪ ਹੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਰੱਦ ਕਰਤੀ ਤੇ ਅਸੀਂ ਉਹਦੇ ਬਾਰੇ ਕੀ ਕਹਿਣਾ ਤਾਂ ਕਹੀ ਜਾਂਦੇ ਕਿ ਅਸੀਂ ਰੱਦ ਕਰਤੀ ਤੁਸੀਂ ਆਪ ਹੀ ਰੱਦ ਕਰਤੀ ਪਰ ਬੇਨਤੀ ਆਉਂ ਵੀ ਤੁਸੀਂ ਸਾਡੀ ਮੰਗ ਕਿਉਂ ਨਹੀਂ ਮੰਨਦੇ ਅਸੀਂ ਕਹਿੰਦੇ ਵੀ ਸਿਟਿੰਗ ਜੱਜ ਸੁਪਰੀਮ ਕੋਰਟ ਤੋਂ ਇਨਕੁਆਇਰੀ ਕਰਾ ਲਓ ਤੇ ਕਰਾ ਲਓ ਜੇ ਤੁਹਾਨੂੰ ਸੁਪਰੀਮ ਕੋਰਟ ਦੀ ਟੇਕ ਨਹੀਂ ਵਿਸ਼ਵਾਸ ਨਹੀਂ ਜੇ ਤੁਹਾਨੂੰ ਲੱਗਦਾ ਉਹ ਇਨਸਾਫ਼ ਦੇ ਸਕਦੇ ਮੁਲਕ ਦੇ ਵਿੱਚ ਕੌਣ ਆ ਜਿਹੜਾ ਇਨਸਾਫ਼ ਦੇ ਸਕਦਾ ਅਸੀਂ ਬੇਨਤੀ ਕਰਦੇ ਹਾਂ ਵੀ ਆਰੋਪ ਲਗਾਏ ਜਾ ਰਹੇ ਕਿ ਜਸਟ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟਾਂ ਨੂੰ 5-5 ਰੁਪਏ ਚ ਵੇਚਿਆ ਗਿਆ ਉਹਦੀ ਵੀ ਬੇਅਦਬੀ ਕੀਤੀ ਗਈ ਅਸੀਂ ਬੇਅਦਬੀ ਨਹੀਂ ਹੁੰਦੀ ਰਿਪੋਰਟ ਦੀ ਕਾਹਦੀ ਬੇਅਦਬੀ ਹੁੰਦੀ ਹੈ ਜੀ ਰਿਪੋਰਟ ਕਿਸ ਤਰ੍ਹਾਂ ਤਿਆਰ ਹੁੰਦੀ ਆ ਅੰਦਰ ਵੜ ਕੇ ਜਿਹੜੀਆਂ ਰਿਪੋਰਟਾਂ ਤਿਆਰ ਹੁੰਦੀਆਂ ਉਹ ਲੋਕਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਗੱਲ ਇਹ ਆ ਗੱਲ ਸਿਰਫ ਅਸੀਂ ਕਹਿੰਦੇ ਹਾਂ ਵੀ ਜੇ ਤੁਸੀਂ ਪਵਿੱਤਰਤਾ ਕਾਇਮ ਰੱਖਣੀ ਚਾਹੁੰਦੇ ਆ ਤਾਂ ਤੁਸੀਂ ਦਿਓ ਸੁਪਰੀਮ ਕੋਰਟ ਦੇ ਜੱਜ ਨੂੰ ਟਾਈਮ ਬਾਉਂਡ ਕਰ ਦਿਓ 2 ਮਹੀਨੇ ਚ ਇਨਕੁਆਇਰੀ ਕਰਕੇ ਫਾਈਨਲ ਕਰਿਓ ਔਰ ਜਦੋਂ ਸੁਪਰੀਮ ਕੋਰਟ ਦੀ ਜੋ ਇਨਕੁਆਇਰੀ ਆ ਗਈ ਉਹਦੇ ਅਨੁਸਾਰ ਕਰੇ ਜੋ ਸ਼ਬਦਾਵਲੀ ਤੁਸੀਂ 90 ਸਾਲ ਦੇ ਬਜ਼ੁਰਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਬੋਲਦੇ ਆ ਜੋ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਮਹਾਂਭਾਰਤ ਦੇ ਵੇਰਵੇ ਦੇ ਬੋਲਦੇ ਆ ਕਿੰਨੀ ਸੰਗ ਆਉਂਦੀ ਆ ਕਿੰਨਾ ਹਾਸੋਹੀਣੀਆਂ ਗੱਲਾਂ ਕਿੰਨੀ ਸਿਧਾਂਤ ਤੋਂ ਪਰੇ ਜਾ ਕੇ ਗੱਲ ਕਰਦੇ ਹੋ ਕੀ ਤੁਹਾਨੂੰ ਸੁਭਾ ਦਿੰਦੀਆਂ ਮੰਤਰੀਆਂ ਨੂੰ ਮੁੱਖ ਮੰਤਰੀਆਂ ਨੂੰ ਕਿ ਤੁਸੀਂ ਇਹੋ ਜਿਹੇ ਲਫ਼ਜ਼ ਬੋਲੋ ਔਰ ਜਿਹੜੀਆਂ ਤੁਸੀਂ ਲੋਕਾਂ ਨੂੰ ਵਰਜਦੇ ਆ ਵੀ ਗਾਲਾਂ ਕੱਢਣੀਆਂ ਮਾੜੀ ਗੱਲ ਆ ਕਿਸੇ ਨੂੰ ਮਾੜਾ ਕਹਿਣਾ ਮਾੜੀ ਗੱਲ ਆ ਆਪ ਜੋ ਤੁਸੀਂ ਮਰਜ਼ੀ ਬੋਲੀ ਜਾਓ ਅੱਜ ਆਪ
ਜਿਹੜੇ ਦਰਬਾਰ ਸਾਹਿਬ ਸਿਰਫ ਮੱਥਾ ਟੇਕਣ ਗਏ ਸੀ ਉਹਨਾਂ 'ਚ ਹਿੰਦੂ ਪਰਿਵਾਰ ਵੀ ਸੀ, ਸਿੱਖ ਪਰਿਵਾਰ ਵੀ ਸੀ, ਸਭ ਤੋਂ ਜ਼ਿਆਦਾ ਸਿੱਖ ਪਰਿਵਾਰਾਂ ਦਾ ਕਾਂਡ ਹੋਇਆ। ਉਹਨਾਂ ਦੇ ਘਰ ਕਿਉਂ ਨਹੀਂ ਗਏ? ਉਹਨਾਂ ਦਾ ਪਤਾ ਲੈਣ ਕਿਉਂ ਨਹੀਂ ਗਈ ਕਾਂਗਰਸ? ਉਦੋਂ ਕਿਉਂ ਲੁਕੀ ਰਹੀ ਕਾਂਗਰਸ? ਜਿੰਨੇ ਕੰਡੇ ਬੀਜੇ ਸਿਰਫ ਕਾਂਗਰਸ ਨੇ ਬੀਜੇ ਆ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਹੁੰਦਾ ਸੀ, ਮੰਦਰਾਂ 'ਚ ਪੂਛਾਂ ਸਟਾ ਦਿੰਦਾ ਸੀ ਗਾਵਾਂ ਦੀਆਂ, ਗੁਰਦੁਆਰਿਆਂ 'ਚ ਬੀੜੀਆਂ ਦੀਆਂ ਢੱਬੀਆਂ ਸਟਾ ਦਿੰਦਾ ਸੀ। ਇਹ ਚਾਲਾਂ ਅਸੀਂ ਕੀ ਸਮਝਦੇ ਨੇ ਇਹਨਾਂ ਦੀਆਂ? ਇਹ ਜਾਣ ਬੁੱਝ ਕੇ ਕਤਲੇਆਮ ਕਰਾਉਣਾ ਚਾਹੁੰਦੇ ਆ ਪੰਜਾਬ 'ਚ, ਜਾਣ ਕੇ ਝੂਠੀ ਰਾਜਨੀਤੀ ਫੈਲਾਉਣੀ ਚਾਹੁੰਦੇ। ਜਦੋਂ